ਜਾਨੀ ਜੇ ਪੈਸੇ ਬਣਾਉਣੇ ਤਾਂ ਸਰੀਰ ਤਾਂ ਬਣਨਾ ਹੀ ਪੈਣਾ ਤੇ ਨਹੀਂ ਉਹ ਟੀ-ਸ਼ਰਟ ਦਾ ਵੀ ਰੰਗ ਹੋ ਗਿਆ ਖਾਓ ਤੂੰ ਕਹਿੰਦੇ ਹੋਣਗੇ ਯਾਰ ਕਿੰਨਾ ਸਵਾਦ ਆਉਂਦਾ ਹਾਂ ਦੇਖ ਸਤਿ ਸ਼੍ਰੀ ਅਕਾਲ ਵੀ ਮੁੰਡਿਓ ਕਿੱਦਾਂ ਹਾਲ ਚਾਲ ਉਮੀਦ ਆ ਸਾਰੇ ਘੈਂਟ ਹੋਵੋਗੇ ਅਤੇ ਅੱਜ ਤੁਹਾਨੂੰ ਟਰੱਕਾਂ ਤੋਂ ਇਲਾਵਾ ਇੱਕ ਵੱਖਰਾ ਬਲੌਗ ਤੁਹਾਡੇ ਸਾਹਮਣੇ ਲੈ ਕੇ ਆਉਣਾ ਆ ਅਤੇ ਜਿੱਥੇ ਆਪਣੇ ਪੰਜਾਬੀ ਮੁੰਡੇ ਪੰਜਾਬੀ ਫੈਮਲੀਆਂ ਜਿਹੜੀ ਪੁਰਾਣੀਆਂ ਵੀ ਆਈਆਂ ਜਿਹੜੇ ਮੁੰਡੇ ਸਟੂਡੈਂਟ ਵੀ ਆਉਂਦੇ ਪਏ ਆ ਉਹ ਬਹੁਤ ਵੱਡੇ ਲੈਵਲਾਂ 'ਤੇ ਆਪਦੀ ਕੰਪਨੀਆਂ ਖੋਲ੍ਹਦੇ ਪਏ ਇਸ ਕੰਮ ਦੇ ਵਿੱਚ ਅਤੇ ਉਹੀ ਕੰਮ ਦੇ ਵਿੱਚ ਸਾਡੇ ਸ਼ੋਹਰ ਵੀ ਹੈਗੇ ਆ ਅਤੇ ਉਹਨਾਂ ਨਾਲ ਤੁਹਾਨੂੰ ਅਸੀਂ ਹੁਣ ਪਹਿਲਾਂ ਮਿਲਾਉਂਦੇ ਹਾਂ ਸਾਰਾ ਕੰਮ ਵੀ ਦਿਖਾਉਣਾ ਕਿਵੇਂ ਕੰਮ ਕਰਦੇ ਆ ਉਹਨਾਂ ਦੀ ਗੱਡੀ ਕਿਹੜੀ ਹੈ ਕੰਮ ਵਾਲੀ ਜਾਂ ਕੀ ਸਕੈਜੂਲ ਹੁੰਦਾ ਉਹਨਾਂ ਦਾ ਉਹ ਸਾਰਾ ਕੁਛ ਤੁਹਾਨੂੰ ਦਿਖਾਵਾਂਗੇ ਟਰੱਕਾਂ ਤੋਂ ਵੱਖਰਾ ਵਲੋਗ ਹੋਊਗਾ ਆਓ ਤੁਹਾਨੂੰ ਮੁੰਡਿਆਂ ਨਾਲ ਮਿਲਾਉਂਦੇ ਹਾਂ ਪਹਿਲਾਂ ਇਹ ਹੈ ਜੀ ਮੇਰੇ ਹਿਸਾਬ ਨਾਲ ਆਹ ਕੰਪਨੀ ਦਾ ਸਭ ਤੋਂ ਪੁਰਾਣਾ ਇੰਪਲੋਏ ਰੂਲਰ ਕਿੰਗ ਦਾ ਇਹ ਮੇਰਾ ਰੂਮਮੇਟ ਵੀ ਹੈ ਬਾਈ ਅਤੇ ਇਹ ਬੈਠਾ ਇੱਧਰ ਭਾਊ ਨਾਲ ਸਟੂਡੈਂਟ ਹੈ ਬਾਈ ਹਲੇ ਅਤੇ ਬਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਆ ਬਾਈ ਨੂੰ 6-7 ਮਹੀਨੇ ਹੋਏ ਆ ਕੰਮ ਕਰਦੇ ਆ ਅਤੇ ਤੁਸੀਂ ਮੁੰਡਿਆਂ ਦੇ ਮਿਹਨਤੀ ਮੁੰਡਿਆਂ ਦੇ ਕੱਪੜੇ ਦੇਖ ਸਕਦੇ ਹੋ ਪੂਰੇ ਪੇਂਟ ਵਾਲੇ ਕੱਪੜੇ ਆ ਅਤੇ ਕੰਮ ਵਾਲੀ ਉਹ ਗੱਡੀ ਹੈ ਸਾਰਾ ਸਮਾਨ ਰੱਖਿਆ ਹੋਇਆ ਮੁੰਡਿਆਂ ਨੇ ਆਪਦਾ ਟਿਫਨ ਟੁਫਨ ਸਾਰਾ ਪੈਕ ਕਰਕੇ ਲਿਆਉਂਦਾ ਹੋਇਆ ਘਰੋਂ ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਸਾਰਾ ਸਮਾਨ ਰੱਖਿਆ ਹੋਇਆ ਇਹਨਾਂ ਨੇ ਕਿਵੇਂ ਹਾਂ ਵਧੀਆ ਵਧੀਆ ਚਲੋ ਖਿੱਚੀ ਰੱਖੋ ਕੰਮ ਨੂੰ ਅਤੇ ਮੁੰਡੇ ਹੁਣ ਚੱਲਿਆ ਵੈਂਕੂਵਰ ਹੈ ਨਾ ਆਹ ਲੋਕੇਸ਼ਨ ਪਾਈ ਹੋਈ ਆ ਅਤੇ ਵੈਂਕੂਵਰ ਅੱਜ ਕੀ ਕੰਮ ਕੀ ਆ ਤੁਹਾਨੂੰ ਉੱਥੇ ਅੱਜ ਗ੍ਰਿਲ ਰਹਿ ਗਈ ਕਰਨ ਵਾਲੀ ਬਾਕੀ ਮੁੰਡਿਆਂ ਨੇ ਕਹਿੰਦੇ ਉੱਥੇ ਕੰਮ ਟਿੱਚ ਕਰ ਦਿੱਤਾ ਹੋਇਆ ਪੂਰਾ ਅਤੇ ਜ਼ਰੂਰ 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 ਮੈਂ ਵੀ ਅਜੇ ਘਰੇ ਵਿਹਲਾ ਸੀ ਇਸ ਕਰਕੇ ਮੈਨੂੰ ਗੁਰਿੰਦਰ ਨੂੰ ਮੈਂ ਪੁੱਛਿਆ ਰਾਤ ਅਤੇ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਚੱਲਦੇ ਹਾਂ ਅਤੇ ਆਓ ਤੁਹਾਨੂੰ ਅੱਗੇ ਮਿਲਾਵਾਂਗੇ ਲੋਕੇਸ਼ਨ 'ਤੇ ਪਹੁੰਚ ਕੇ ਬਸ ਮਾਰਨਾ ਰੋਬ ਇਹ ਹੈਗਾ ਉਹ ਨੀ ਆਉਂਦਾ ਸੀਗਾ ਚੱਲ ਮੇਰਾ ਪੁੱਤ ਮੂਵੀ ਚ ਜਿਹੜਾ ਉਹ ਗਾਫਾ ਇਹ ਉਹ ਜਿਹਾ ਗਾਫਾ ਹੈ ਉਹ ਤੈਨੂੰ ਦੱਸੀ ਜਾਂਦਾ ਇਹ ਗਾਫਾ ਹੈ ਇਹਨੇ ਬਸ ਦੇਖ ਮੈਂ ਫੜਨੀ ਉਹ ਜਿਹੀ ਹੋਈ ਹੈ ਹਾਂ ਹਾਂ ਟੈਨਸ਼ਨ ਨਾ ਲੈ ਮੈਂ ਪੌੜੀ ਫੜ ਕੇ ਰੱਖੀ ਹੋਈ ਵਧੀਆ ਇਹ ਮੁੰਡਿਆਂ ਨੇ ਇੱਥੇ ਪਹਿਲਾਂ ਆਹ ਸਾਰਾ ਜਿੰਨਾ ਤੁਸੀਂ ਬਾਹਰੋਂ ਪੇਂਟ ਦੇਖਦੇ ਹੋ ਇਹਨਾਂ ਨੇ ਪਹਿਲਾਂ ਉੱਦਾਂ ਡਨ ਕਰ ਦਿੱਤਾ ਹੋਇਆ ਕਿ ਜਸਟ ਅੱਜ ਇਹਨਾਂ ਨੇ ਟੱਚਅਪ ਕਰਨੀ ਸੀ ਵੀਕਐਂਡ ਹੈ ਫਿਰ ਵੀ ਮੁੰਡੇ ਦੇਖੋ ਕੰਮ ਕਰਨ ਆ ਗਏ ਹੋਏ ਸੈਟਰਡੇ ਅੱਜ ਅਤੇ ਟੱਚਅਪ ਜੀ ਰਹਿੰਦੀ ਸੀ ਥੋੜ੍ਹੀ ਜਿਹੀ ਥੋੜ੍ਹਾ ਬਹੁਤਾ ਕੰਮ ਕਰਨ ਵਾਲਾ ਸੀਗਾ ਉਹ ਕੰਮ ਕਰਨਾ ਇਹਨਾਂ ਨੇ ਬਾਕੀ ਇੱਕ ਬਾਈ ਉਹ ਪਿੱਛੇ ਲੱਗਾ ਹੋਇਆ ਜ਼ੂਮ ਨਹੀਂ ਹੋਊਗਾ ਅਤੇ ਇੱਕ ਬਾਈ ਉਹ ਲੱਗਿਆ ਹੋਇਆ ਇਹਨਾਂ ਨੇ ਆਹ ਗ੍ਰਿਲ ਦੁਬਾਰਾ ਪੇਂਟ ਕਰਨਾ ਸਾਰਾ ਆਹ ਜਿਹੜਾ ਤੁਸੀਂ ਪਿੱਛੇ ਗ੍ਰਿਲ ਦੇਖ ਰਹੇ ਹੋ ਬਲੈਕ ਕਲਰ ਦਾ ਇਹ ਪੇਂਟ ਕਰਨਾ ਚੱਲ ਤਾਂ ਕੀ ਹੈ ਵਧੀਆ ਪਾਗਲ ਉੱਥੇ ਮਿਲ ਜਾਣਾ ਤੈਨੂੰ ਪੈਸੇ ਮਿਲ ਜਾਣੇ ਉਹ ਕੰਮ ਕਰਨ ਦੇ ਉਹ BC ਵਾਲਿਆਂ ਨੇ ਪੈਸੇ ਦੇ ਦੇਣੇ ਤੈਨੂੰ ਵਧੀਆ ਕਰਿੰਦਰ ਕੱਟ ਕੱਟ ਕੇ ਵਿੱਚੋਂ ਜਿੰਨੀ ਮਰਜ਼ੀ ਰੀਲਾਂ ਬਣਾਈ ਜਾਈ ਚੱਲ ਮੇਰਾ ਪੁੱਤ ਮੈਂ ਕਹਿੰਦਾ BC ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ ਨਾਲੇ ਇਹੋ ਜਿਹੇ ਵਿਊ ਤਾਂ ਹੁਣ ਨੋਰਮਲੀ ਦੇਖਣ ਨੂੰ ਮਿਲ ਜਾਣਗੇ
ਉਹ ਨਹੀਂ ਉਹ ਨਹੀਂ ਗੁਰਿੰਦਰ ਕਰ ਪੌੜੀ ਇੱਧਰ ਤੈਨੂੰ ਪੜਾਵਾਂ ਦੇਖੀ ਦੇਖੀ ਪਿੱਛੇ ਸ਼ੀਸ਼ਾ ਉਹ ਪਿੱਛੇ ਸ਼ੀਸ਼ਾ ਭਰਾਵਾ ਇੱਧਰ ਚੜ ਹੋਣਾ ਨੀ ਸੀਗਾ ਉਹ ਭਾਉ ਨੂੰ ਇਕੱਲੇ ਨੂੰ ਲਾਤਾ ਤੂੰ ਬਾਹਰ ਉਹ ਆ ਗਿਆ ਉਹ ਦਿਖਾ ਗਿਆ ਤੂੰ ਸਾਹ ਸਹੀ ਹੋ ਗਿਆ ਪੌੜੀਆਂ ਜੀ ਮਾਮਾ ਏਦਾਂ ਲਾਈ ਗੱਲ ਬਸ ਓਕੇ ਇਹ ਦੇਖੋ ਮਿਹਨਤੀ ਮੁੰਡੇ ਇੰਨੀ ਕੁ ਗਰਿੱਲ ਨੂੰ ਦੋ ਜਾਣੇ ਲੱਗੇ ਇੱਥੇ ਲਾਗੇ ਹੀ ਟਿਮ ਹੈਗਾ ਅਤੇ ਜਿੰਨੀ ਦੇਰ ਪਿੱਛੋਂ ਕੰਮ ਕਰਦੇ ਆ ਮੈਨੂੰ ਇਸ ਚੀਜ਼ ਮੈਂ ਕਾਫੀ ਕੂਫੀ ਫੜ ਲਿਆ ਵਾਂ ਨਾਲੇ ਥੋੜ੍ਹੀ ਅੱਖਾਂ ਜੀਆਂ ਖੁੱਲ੍ਹ ਜਾਂਦੀਆਂ ਬੰਦੇ ਨੇ ਮੈਂ ਵੀ ਸਵੇਰੇ ਘਰੋਂ ਕੁਛ ਖਾ ਕੇ ਨਹੀਂ ਸੀ ਐਂ ਆ ਗਿਆ ਸੀ ਮੈਂ ਵੀ ਉੱਠ ਕੇ ਬਰੱਸ਼ ਬਰੁਸ਼ ਕਰਕੇ ਅਤੇ ਗੋਰੇ ਕਈ ਗੋਰੇ ਬਹੁਤ ਫਰੈਂਡਲੀ ਜਿਹੇ ਨੇਚਰ ਦੇ ਹੁੰਦੇ ਆ ਜਦੋਂ ਵੀ ਤੁਹਾਡੇ ਮੂਹਰਿਓਂ ਨਿਕਲਣਗੇ ਨਾ ਤੁਹਾਨੂੰ ਮਤਲਬ ਇੱਕ ਤਰ੍ਹਾਂ ਵਧੀਆ ਗੈਸਚਰ ਜਿਹਾ ਜ਼ਰੂਰ ਦੇ ਕੇ ਜਾਣਗੇ ਜਿਵੇਂ ਹੈਲੋ ਹਾਏ ਜ਼ਰੂਰ ਕਰਕੇ ਜਾਣਗੇ ਹਾਂ ਕੋਈ ਵੀ ਹੋਵੇ ਵੱਡਾ ਹੋਵੇ ਬਜ਼ੁਰਗ ਹੋਵੇ ਕੋਈ ਯੰਗਸਟਰ ਹੋਵੇ ਲਓ ਵੀ ਮੁੰਡਿਆਂ ਵਾਸਤੇ ਅਸੀਂ ਕੌਫੀ ਚੱਕ ਲਈ ਅਤੇ ਆਪਣੇ ਵਾਸਤੇ ਵੀ ਚੱਕ ਲਈ ਇਕੱਠੇ ਬਹਿ ਕੇ ਪੀਵਾਂਗੇ ਉੱਥੇ ਗੋਰੇ ਗੋਰੀਆਂ ਆਰਾਮ ਨਾਲ ਸਾਈਕਲਿੰਗ ਕਰਦੇ ਆ ਅਤੇ ਸਾਡੇ ਵਰਗੇ ਸੈਰ ਕਰੀ ਜਾਂਦੇ ਆ ਵਧੀਆ ਦੇ ਕੰਮ ਤੋਂ ਗੋਰੇ ਬਾਲੇ ਖੁਸ਼ ਹੋਏ ਪਏ ਆ ਅਤੇ ਹੁਣੇ ਹੁਣੇ ਇੱਕ ਹੋਰ ਗੋਰਾ ਆਇਆ ਸੀ ਉਹ ਵੀ ਕਹਿੰਦਾ ਵੀ ਮੈਨੂੰ ਆਪਦਾ ਕਾਰਡ ਜ਼ਰੂਰ ਦੇ ਕੇ ਜਾਇਓ ਕਿ ਤੁਸੀਂ ਕੰਮ ਬਹੁਤ ਵਧੀਆ ਕੀਤਾ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਪੇਂਟ ਕੀਤਾ ਸੀ ਇਹਨਾਂ ਨੇ ਘਰ ਨੂੰ ਅਤੇ ਆਹ ਕੋਟਿੰਗ ਜੀ ਹੋ ਗਈ ਸਾਰਾ ਪੇਂਟ ਅਤੇ ਉਹ ਘਰ ਵਾਲਾ ਬੰਦਾ ਵੀ ਹੁਣੇ ਇਹਨਾਂ ਕੋਲ ਹੋ ਕੇ ਗਿਆ ਕਹਿੰਦਾ ਵੀ ਮੈਨੂੰ ਆਪਦਾ ਵਿਜ਼ਿਟਿੰਗ ਕਾਰਡ ਜਾਂ ਬਿਜ਼ਨਸ ਕਾਰਡ ਜਿਹੜਾ ਹੋਊਗਾ ਤੁਹਾਡਾ ਉਹ ਦੇ ਕੇ ਜਾਓ ਅਤੇ ਵਧੀਆ ਕੰਮ ਕਰੀ ਜਾਂਦੇ ਆ ਮੁੰਡੇ ਹੁਣ ਵੀ ਤੁਹਾਨੂੰ ਮੈਂ ਦਿਖਾਉਣਾ ਆਹ ਗ੍ਰਿੱਲ ਸ਼ੁਰੂ ਕੀਤੀ ਸੀ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਤਰ੍ਹਾਂ ਪੇਂਟ ਕਰ ਦਿੱਤੀ ਹੈ ਅਤੇ ਆ ਪੇਂਟ ਪਿਆ ਥੋੜ੍ਹਾ ਜਿਹਾ ਅਤੇ ਮੁੰਡਿਆਂ ਨੇ ਕਹਿੰਦੇ ਐਨ ਖਿੱਚਿਆ ਹੋਇਆ ਕੰਮ ਕੋਈ ਨਹੀਂ ਕੋਈ ਨਹੀਂ ਘਬਰਾਉਣਾ ਨਹੀਂ ਮੁੰਡਿਆਂ ਨੇ ਕੰਮ ਖਿੱਚਿਆ ਹੋਇਆ ਪੂਰੀ ਬਰੀਕੀ ਵਾਲਾ ਕੰਮ ਹੈ ਚੱਲ ਇਹਨਾਂ ਦੁਖੀਆਂ ਦੇ ਪੈਸੇ ਆ ਥੋੜਾ ਬਹੁਤਾ ਕਹਿੰਦੇ ਲਿਆ ਮਾੜਾ ਜਿਹਾ ਮੈਂ ਟਰਾਈ ਕਰਕੇ ਦੇਖਾਂ ਮਾੜੀ ਜੀ ਨਾਲ ਵੀਡੀਓ ਬਣਾ ਦੇ ਚੱਲ ਕੋਈ ਨੀ ਦੇਖਦੇ ਨੀ ਸਾਡੇ ਕਿੱਥੇ ਕਿੱਥੇ ਲੱਗ ਗਈ ਨਹੀਂ ਇਹ ਤੁਹਾਡੇ ਵੱਸ ਦਾ ਕੰਮ ਹੈ
ਤੁਸੀਂ ਕਰੋ ਆ ਪਹਿਲਾਂ ਪਹਿਲਾਂ ਨਾ ਡਰਦਾ ਹੁੰਦਾ ਸੀ ਪੇਂਟ ਲੱਗਣ ਦਾ ਉਹਨੂੰ ਲਵੇੜਿਆ ਫਿਰ 2 ਦਿਨ ਪੂਰਾ ਮੈਨੂੰ ਭਰਾ ਬੜਾ ਲਵੇੜਿਆ ਇਹਨਾਂ ਨੇ ਹੁਣ ਕਿਆ ਕੋਈ ਥਾਂ ਰਹੇਗੀ ਜਿੱਥੇ ਪੇਂਟ ਨਾ ਲੱਗਿਆ ਹੋਵੇ ਮੇਰੀ ਸਭ ਤੋਂ ਗੰਦੀ ਡਰੈਸ ਤਾਂ ਕਿ ਹੁਣ ਕੋਈ ਥਾਂ ਰਹੇਗੀ ਜਿੱਥੇ ਪੇਂਟ ਨਾ ਲੱਗਿਆ ਹੋਵੇ ਗੁਰਨੂਰ ਆ ਗੁਰਨੂਰ ਸਵੇਰ ਦੇ ਮੁੰਡੇ ਕਿੰਨੇ ਵਜੇ ਦੇ ਲੱਗੇ ਹੋਏ ਕੰਮ ਕਰਦੇ ਨੇ ਦੇਖੋ ਤਾਂ ਭਾਈ ਕੈਨੇਡਾ ਚ ਥੱਲੇ ਸੁੱਟ ਤੋਂ ਵਿੱਚ ਹੀ ਸੁੱਟ ਤੋ ਤੁਸੀਂ ਤੇ ਮਿੱਟੀ ਰੱਖੀ ਦੇਣੀ ਆ ਜਦੋਂ ਦੁਬਾਰੇ ਕੱਢਾਂਗੇ ਫੇਰ ਹੀ ਕੱਢ ਲੈਣੀ ਆ ਓ ਯਾ ਬ੍ਰੋ ਵੈਰੀ ਗੁੱਡ ਕਿੱਲੀ ਅਡੇ ਸ਼ੂ ਵੇਖ ਸਕਦੇ ਹੋ ਇਹ ਮਿਹਨਤੀ ਹੈ ਲੈ ਦੇ ਕੀ ਪਛੰਦਿਆ ਭਰਾ ਹਲਾ ਦੇ ਤੱਕ ਮਿਹਨਤੀ ਮੁੰਡੇ ਆ ਦੱਸ ਲੈ ਭਈ ਭਾਗਾਂ ਵਾਲਿਆਂ ਦੇ ਹਿੱਸੇ ਆਂਦੇ ਆ ਦੇਹੋ ਜੀ ਚੀਜ਼ਾਂ ਮੁੰਡਾ ਕਹਿੰਦੇ ਭਾਂਡੇ ਢੀਂਡੇ ਧੋਣ ਚੱਲਾ ਆਪਣੇ ਸ਼ਾਬਾਸ਼ ਗੁਰਿੰਦਰ ਊ ਗੱਲ ਹੈ ਨਾ ਲਾਂਗਰੀ ਆਪਦਾ ਕੰਮ ਛੱਡਦਾ ਨਹੀਂ ਕਿਤੇ ਪਿੱਛੇ ਡਿਜ਼ਾਈਨ ਜੋ ਬੜਾ ਕੈਂਟ ਬਣਾਇਆ ਹੋਇਆ ਇਹਨਾਂ ਨੇ ਇਹ ਪ੍ਰੋਫੈਸ਼ਨਲ ਨੂੰ ਦਿੱਤੀ ਆ ਦੇ ਪ੍ਰੋ ਪਲੱਸ ਓਹੋ ਲੈ ਵੀ ਹੈ ਮੁੰਡੇ ਕਹਿੰਦੇ ਭਾਂਡੇ ਧੋਣ ਲੱਗੇ ਨਹੀਂ ਯਾਰ ਕਾਹਨੂੰ ਐਡੇ ਸੋਹਣੇ ਬੂਟੇ ਖਰਾਬ ਕਰਨੇ ਮੈਂ ਕਹਿੰਦਾ ਪਾਸੇ ਜਿਹੇ ਹੋ ਕੇ ਧੋ ਲੱਗੇ ਤੇ ਗੁਰਿੰਦਰ ਸ਼ਾਮ ਨੂੰ ਬੰਦਾ ਕੰਮ ਤੋਂ ਥੱਕਿਆ ਹਾਰਾ ਘਰ ਆਵੇ ਇੱਥੇ ਬੈਠੇ ਆ ਗਏ ਕੌਫੀ ਲੈ ਗਏ ਅਤੇ ਆਹ ਨਜ਼ਾਰਾ ਲਵੇ ਇਹੀ ਜੇ ਗੁਰਿੰਦਰ ਇੰਡੀਆ ਵਾਲੇ ਪੇਂਟਰ ਹੁੰਦੇ ਮੈਂ ਕਹਿੰਦਾ ਕਦੀ ਨਹੀਂ ਉਹਨਾਂ ਨੇ ਐਵੇਂ ਧੋ ਧੂ ਕੇ ਜਾਣਾ ਬਸ ਐਂ ਸੁੱਟ ਸੱਟ ਕੇ ਅਗਲੇ ਦਿਨ ਫਿਰ ਮਕਾਨ ਵਾਲੇ ਨੂੰ ਕਹਿ ਦੇਣਾ ਬਾਬੂ ਭਈਆ ਉਹ ਬਰਸ਼ ਕੰਮ ਕਰ ਗਿਆ ਥਾ ਅਤੇ ਕਹਿੰਦੇ ਧੋ ਕੇ ਇਹਨਾਂ ਨੂੰ ਹੀ ਮੁੰਡਿਆਂ ਨੇ ਕੱਲ੍ਹ ਨੂੰ ਫਿਰ ਵਰਤ ਲੈਣਾ ਪਰ ਯਾਰ ਤੁਸੀਂ ਆਹ ਕੰਮ ਗਲਤ ਕਰਤਾ ਵਿਚਾਰਿਆਂ ਦੀ ਕਿਆਰੀ ਖਰਾਬ ਕਰਤੀ ਤੁਸੀਂ ਪੇਂਟ ਹੈ ਖਾਦ ਨਹੀਂ ਆ ਪੂਰਾ ਰੰਗ ਬਿਰੰਗਾ ਕੰਮ ਹੋਇਆ ਪਿਆ ਇੱਧਰੋਂ ਬੂਟੇ ਰੰਗ ਬਿਰੰਗੇ ਹੋ ਗਏ ਇੱਧਰੋਂ ਤੇਰੀ ਪਿੱਛੋਂ ਟੀ ਸ਼ਰਟ ਇਹੋ ਜਿਹੀ ਹੋ ਗਈ ਕੋਈ ਨੀ ਕਿਰਾਏ ਤੇ ਲੈ ਲੈਂਦੇ ਥੋੜੇ ਦਿਨਾਂ ਵਾਸਤੇ ਸ਼ਾਮ ਨੂੰ ਬੰਦਾ ਇੱਥੇ ਕਿਤੇ ਪਿੱਛੇ ਐਕਸਰਸਾਈਜ਼ ਲਾ ਲਵੇ ਕੰਡੇ ਦੇ ਵੀਰੇ ਕੰਮ ਵੈਨਕੂਵਰ ਦੇ ਡਾਊਨਟਾਊਨ ਦੇ ਲੈ ਬਾਈ ਕੀ ਨਜ਼ਾਰਾ ਹੀ ਆ ਕਹਿੰਦੇ ਨਜ਼ਾਰੇ ਨੇ ਇਹ ਕਹਿੰਦੇ ਉਹ ਕਹਿੰਦੇ ਬ੍ਰਿਟਿਸ਼ ਕੋਲੰਬੀਆ ਚ ਹੀ ਮਿਲੂਗੀ ਬਿਊਟੀ ਆ ਬੀਬੀਸੀ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਇਹ ਨਾਂ ਤੇ ਤੁਹਾਨੂੰ ਕੈਲਗਰੀ ਮਿਲਣੀ ਆ ਨਾ ਤੁਹਾਨੂੰ ਮਿਲਣੀ ਆ ਕਿ ਇੱਥੇ ਟੋਰਾਂਟੋ ਟੋਰਾਂਟੋ ਵੀ ਨਹੀਂ ਹੈਗਾ ਨਹੀਂ ਇਹ ਚੀਜ਼ ਤੁਹਾਨੂੰ ਬੀਸੀਜੀ ਮਿਲੂਗੀ ਸਾਰੀ ਇੱਕ ਹੋਰ ਚੀਜ਼ ਵਿਖਾਣਾ ਤੁਹਾਨੂੰ ਆਜੋ ਕੀ ਹੈ ਇਹੋ ਜਿਹਾ ਇੱਕ ਹੋਰ ਚੀਜ਼ ਤੁਹਾਨੂੰ ਵਿਖਾਣਾ ਆ ਜੀ ਜੇ ਤੁਸੀਂ ਇੰਡੀਆ ਨੂੰ ਮਿਸ ਕਰ ਰਹੇ ਹੋ ਬਹੁਤ ਜ਼ਿਆਦਾ ਉਹ ਸਾਹਮਣੇ ਸ਼ਿਮਲਾ ਹੀ ਆ ਨਹੀਂ ਮੈਂ ਕਹਿੰਦਾ ਇੰਡੀਆ ਨੂੰ ਮਿਸ ਕਰ ਰਹੇ ਥੱਲੇ ਆਹ ਦਿਖਾ ਦਿਓ ਜੋ ਮਰਜ਼ੀ ਕਹਿ ਸਕਦੇ ਹੋ ਸਾਹਮਣੇ ਸ਼ਿਮਲਾ ਹੀ ਆ ਸ਼ਿਮਲੀ ਨਹੀਂ ਹੈ ਵੀ ਇੰਡੀਆ 'ਚ ਗਾਂਦੀ ਆ ਇੰਡੀਆ 'ਚ ਵੀ ਬਹੁਤ ਸੋਹਣੀਆਂ ਜਗ੍ਹਾ ਹੈਗੀਆਂ ਪਰ ਓਹੋ ਲੈ ਉੱਧਰ ਤਾਂ ਓਏ ਉਹਦੀ ਵੀ ਉਹ ਵੀ ਪੇਂਟ ਮਾਰਨ ਵਾਲਾ ਹੈ ਘਰ ਕਿਹੜਾ ਉਹ ਦੇਖ ਸਾਹਮਣੇ ਬਸ ਗੁਰਿੰਦਰਾ ਨੰਬਰ ਦੇ ਦੇ ਆਪਣਾ ਇੱਕ ਨਾਲ ਵਾਲੇ ਨੇ ਤਾਂ ਕਾਰਡ ਫੜ ਲਿਆ ਨੰਬਰ ਦੇ ਦਿਓ ਆਪਣਾ ਆਓ ਦੇ ਗੁਰਿੰਦਰ ਉਹ ਘਰ ਪੇਂਟ ਮਾਰਨ ਵਾਲਾ ਹੈ ਸਾਰਾ ਆ ਪਰਾਂ ਵਾਲੇ ਕੋ ਪਰਾਂ ਵਾਲਾ ਘਰ ਨਾ ਵੀ ਕੀ ਕਹਿੰਦੇ ਉਹਨਾਂ ਨੂੰ ਸੀ ਫੇਸਿੰਗ ਹਾਊਸ ਜਾਂ ਜੋ ਵੀ ਸਾਹਮਣੇ ਵੈਂਕੂਵਰ ਹੈ ਤੇ ਇੱਧਰ ਘਰ ਹੈ ਉਹ ਸਾਰਾ ਉਧਰੋਂ ਪੋਰਟ ਦਾ ਕੰਮ ਕਾਰ ਹੁੰਦਾ ਤੇ ਮਤਲਬ ਤੇਰੀ ਕੀ ਸਲਾਹ ਹੈ ਬਾਕੀ ਜਿਹੜੇ ਨਵੀਂ ਪੀੜ੍ਹੀ ਆਉਂਦੀ ਪਈ ਜਿਹੜੀ ਕਹਿੰਦੀ ਵੀ ਅਸੀਂ ਬਹੁਤਾ ਔਖਾ ਜਾਂ ਕੰਸਟਰਕਸ਼ਨ ਦਾ ਕੰਮ ਨਹੀਂ ਕਰਨਾ ਉਹਨਾਂ ਨੂੰ ਕੀ ਚਾਹੁੰਦਾ ਤੂੰ ਕਰਨਾ ਚਾਹੀਦਾ ਹੈ ਕਿੱਦਾਂ ਔਖਾ ਯਾਰ ਇੱਥੇ ਮਨ ਤਾਂ ਮਾਰਨਾ ਹੀ ਪੈਣਾ ਗਾ ਜੇ ਕੰਮ ਕਰਨਾ ਤਾਂ ਮਨ ਤਾਂ ਮਾਰਨਾ ਹੀ ਪੈਣਾ ਔਖਾ ਸੌਖਾ ਤਾਂ ਜਿਹੜਾ ਵੀ ਹੈਗਾ ਕਰਨਾ ਹੀ ਪੈਣਾ ਫਿਰ ਜੇ ਨਹੀਂ ਕਰਨਾ ਤਾਂ ਫਿਰ ਵਿਹਲੇ ਦਾ ਕੰਮ ਹੈਗਾ ਹੀ ਹੈ ਵਿਹਲੇ ਬੈਠਣ ਦਾ ਤਾਂ ਜੇ ਕਰਨਾ ਫਿਰ ਔਖਾ ਸੌਖਾ ਨਹੀਂ ਦੇਖਿਆ ਜਾਂਦਾ ਉਹ ਤਾਂ ਵਧੀਆ ਕੰਮ ਕੋਈ ਨਹੀਂ ਉਹ ਤੋਂ ਵਧੀਆ ਕੰਮ ਕੋਈ ਨਹੀਂ ਵਿਹਲੇ ਬੈਠਣ ਵਾਲਾ ਉਹ ਤਾਂ ਜੋਬ ਕਦੇ ਖਤਮ ਹੋਣ ਵਾਲੀ ਨਹੀਂ ਹੈਗੀ ਤੇ ਯਾਨੀ ਇਹ ਪੈਸੇ ਬਣਾਉਣੇ ਤਾਂ ਸਰੀਰ ਤਾਂ ਭੰਨਣਾ ਹੀ ਪੈਣਾ ਤੈਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਮੈਨੂੰ 2 ਸਾਲ ਹੋ ਜਾਣੇ ਪੂਰੇ ਹੁਣ ਥੋੜੇ 2 ਸਾਲ ਹੋ ਗਏ ਤੇ ਵੈਸੇ ਜੇ ਐਵਰੇਜ ਲਾਈ ਜਾਵੇ ਮਤਲਬ ਮੰਥਲੀ ਕਿੰਨੀ ਕੁ ਬਣ ਜਾਂਦੀ ਇਨਕਮ
ਬੰਦੇ ਤੇ ਡਿਪੈਂਡ ਕਰਦਾ ਹੁਣ ਜੇ ਬੰਦਾ ਉਹੀ ਦੂਜਾ ਲੇਬਰ ਜੀ ਰਹਿ ਗਿਆ ਦੂਜੇ ਕੰਮ ਕਰਨ ਹੀ ਰਹਿ ਗਿਆ ਤਾਂ ਠੀਕ ਆ ਨਹੀਂ ਤਾਂ $3,000-4,000 ਦਾ ਮੰਥਲੀ ਬਣ ਹੀ ਜਾਂਦਾ ਆਰਾਮ ਨਾਲ $3,000-4,000 ਮੰਥਲੀ ਈਜ਼ੀਲੀ ਬਣ ਜਾਂਦਾ ਈਜ਼ੀਲੀ ਵੀ ਨਹੀਂ ਕਰਦਾ ਹਾਂ ਉਹੀ ਈਜ਼ੀਲੀ ਵੀ ਨਹੀਂ ਕਹਿ ਸਕਦੇ ਮਿਹਨਤ ਤਾਂ ਹਰ ਇੱਕ ਕੰਮ 'ਚ ਲੱਗਦੀ ਹੈ ਪਰ ਆਪਾਂ ਜੇ ਕਹੀਏ ਕਿ ਕੰਮ ਛੋਟਾ ਹੈ ਵੱਡਾ ਹੈ ਉਹ ਨਹੀਂ ਹੈਗਾ ਨਾਲੇ ਤਾਂ ਦੇਖੋ ਤੁਹਾਨੂੰ ਸਕਿੱਲ ਤੁਹਾਡੇ ਹੱਥ 'ਚ ਆ ਗਿਆ ਹੁਣ ਇਹਦੇ ਹੱਥ 'ਚ ਇੰਨਾ ਕੁ ਸਕਿੱਲ ਹੈਗਾ ਕੱਲ੍ਹ ਨੂੰ ਆਪਦੀ ਕੰਪਨੀ ਜਦੋਂ ਮਰਜ਼ੀ ਖੋਲ੍ਹ ਸਕਦਾ ਅਤੇ ਅੱਗੇ ਬੰਦਿਆਂ ਤੋਂ ਕੰਮ ਕਿੱਦਾਂ ਕਰਾਉਣਾ ਆਪ ਕਿੱਦਾਂ ਕਰਨਾ ਉਹ ਸਾਰੀ ਚੀਜ਼ਾਂ ਬੰਦੇ ਨੂੰ ਟਾਈਮ ਨਾਲ ਹੌਲੀ ਹੌਲੀ ਆ ਜਾਂਦੀਆਂ ਅਤੇ ਤੁਹਾਨੂੰ ਸਟੂਡੈਂਟ ਟਾਈਮ 'ਚ ਤੁਹਾਡਾ ਮੰਥਲੀ 3,000-3,500-4,000 ਬਣੀ ਜਾਂਦਾ ਬਹੁਤ ਵਧੀਆ ਉਹਦੇ ਵਿੱਚ ਅਤੇ ਬੰਦਾ ਹੋਲੀਡੇ ਕੰਮ ਕਰੀ ਜਾਂਦਾ ਨਾਲੇ ਜਦੋਂ ਛੁੱਟੀ ਛਾਟੀ ਦਾ ਨਹੀਂ ਅੱਡਾ ਵੀ ਚੱਕਰ ਪਾਉਂਦੇ ਹੈਗੇ ਦੇ ਦਿੰਦੇ ਆ ਗਏ ਏਦਾਂ ਨਹੀਂ ਗੁਰਿੰਦਰ ਐਵੇਂ ਇੱਕ ਲੈਣੀ ਪੌੜੀ ਇੱਕ ਲੈਣੀ ਵੈਨ ਤੇ ਬਣ ਜਾਣਾ ਸੀ ਸਰੀ ਦੇ ਬਿਜ਼ਨਸਮੈਨ ਲਓ ਵੀ ਕਹਿੰਦੇ ਮੁੰਡੇ ਬਿਜ਼ਨਸ ਕਰ ਰਿਹਾ ਏ ਆਪਣਾ ਬਿਜ਼ਨਸ ਮੁਕਾਇਆ ਏ ਸੰਦ ਭਾਂਡੇ ਸਾਰੇ ਇਕੱਠੇ ਕਰ ਲਏ ਮੁੰਡੇ ਨੇ ਆਪਣੇ ਅੰਦਰ ਬੱਲੇ ਬੱਲੇ ਪੂਰਾ ਕੰਮ ਦੇਖੋ ਵੀ ਜਿਵੇਂ ਨਾ ਮੈਨੇਜ ਕਰਕੇ ਰੱਖਿਆ ਹੋਇਆ ਵੀ ਟੇਪਾਂ ਆਹ ਬੋਕਸ 'ਚ ਨੀ ਪੈਡ ਉਹ ਬੋਕਸ 'ਚ ਸੈਂਡ ਰੋਲਰ ਅਤੇ ਹੋਰ ਕੀ ਲਿਖਿਆ ਮੂਹਰੇ ਮੱਡ ਵੀ ਮਤਲਬ ਪੂਰਾ ਐਨ ਔਰਗਨਾਈਜ਼ ਕਰਕੇ ਰੱਖਿਆ ਹੋਇਆ ਭਾਵੇਂ ਥੋੜ੍ਹਾ ਬਹੁਤਾ ਖਲਾਰਾ ਪਿਆ ਇੰਨਾ ਕੁ ਤਾਂ ਚੱਲਦਾ ਹੈ ਪਰ ਆਪਦੇ ਵੱਲੋਂ ਮੁੰਡਿਆਂ ਨੇ ਪੂਰਾ ਟਰਾਈ ਕੀਤਾ ਔਰਗਨਾਈਜ਼ ਕਰਕੇ ਰੱਖਣ ਦਾ ਚੰਗਾ ਵੀ ਮਿੱਤਰੋ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਹਾਂ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਤੇ ਕੁਝ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਜ਼ਰੂਰ ਪਹੁੰਚੀ ਹੋਊਗੀ ਅਤੇ ਜੇ ਤੁਹਾਨੂੰ ਕਿਸੇ ਹੋਰ ਪਰਟੀਕੁਲਰ ਚੀਜ਼ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਤਾਂ ਕਿ ਮੈਂ ਉਹਦੇ 'ਤੇ ਵੀਡੀਓ ਬਣਾ ਸਕਾਂ ਅਤੇ ਤੁਹਾਨੂੰ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਵਾਂ ਬਾਕੀ ਤੁਸੀਂ ਇੰਜੋਏ ਕੀਤਾ ਹੋਊਗਾ ਵਲੋਗ ਇਸੇ ਤਰ੍ਹਾਂ ਹੋਰ ਵਲੋਗ ਲੈ ਕੇ ਆਉਂਦਾ ਰਹੂੰਗਾ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਜ਼ਿੰਦਾਬਾਦ